ਦਰਸ਼ਕੋ, ਭਾਰੀ ਠੰਡ ਅਤੇ ਕੜਾਕੇਦਾਰ ਸਰਦੀ ਹੋਣ ਦੇ ਬਾਵਜੂਦ ਵੀ ਜਿਹੜੇ ਸ਼ਰਧਾਲੂ ਆ ਗੋਲਡਨ ਟੈਂਪਲ ਵਿਖੇ ਪਹੁੰਚ ਰਹੇ ਨੇ ਭਾਰੀ ਗਿਣਤੀ ਵਿੱਚ, ਬੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਹੈਗੀਆਂ। ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਜਿਹੜੇ ਛੋਟੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਉਹਨਾਂ ਨੂੰ ਜਿਹੜਾ ਹੈਗਾ ਜ਼ਿੰਦਾ ਨੀਹਾਂ ਵਿੱਚ ਚਿਣਿਆ ਗਿਆ ਸੀ ਉਸ ਵੇਲੇ ਦੀ ਮੁਗਲ ਸਰਕਾਰ ਵੱਲੋਂ, ਅਤੇ ਉੱਥੇ ਵੀ ਫਤਿਹਗੜ੍ਹ ਸਾਹਿਬ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਰਸ਼ ਹੈਗਾ। ਇਸ ਤਰ੍ਹਾਂ ਹੀ ਜਿਹੜਾ ਰਸ਼ ਹੈਗਾ, ਜਿਹੜੇ ਬਹੁਤ ਸਾਰੇ ਸ਼ਰਧਾਲੂ ਆ ਗੋਲਡਨ ਟੈਂਪਲ ਤੋਂ ਬਾਅਦ ਜਿਹੜੇ ਹੈਗੇ ਆ, ਉਹ ਵਿੱਚ ਵਿੱਚ ਡੇਰਾ ਬਾਬਾ ਨਾਨਕ ਵੀ ਆ ਜਾਂਦੇ ਹੈਗੇ ਆ, ਆ ਕੇ ਦਰਸ਼ਨ ਸਥਲ 'ਤੇ ਜਾਂਦੇ ਹੈਗੇ ਆ। ਪਰ ਉਹ ਜਿਹੜੀਆਂ ਬੇਸਿਕ ਪ੍ਰੋਬਲਮ ਉਹੀ ਹੈ, ਇੱਕ ਪਾਸਪੋਰਟ ਦੀ ਸਮੱਸਿਆ ਹੈਗੀ। ਪਾਸਪੋਰਟ ਦੀ ਸਮੱਸਿਆ ਕਰਕੇ ਜਿਹੜਾ ਹੈਗਾ ਇਹਨੂੰ ਕਰਤਾਰਪੁਰ ਕੋਰੀਡੋਰ ਨੂੰ ਥੋੜ੍ਹੀ ਢਾਰ ਰੱਖ ਰਹੀ ਹੈ। ਦੂਸਰਾ ਇਹ ਜਿਹੜਾ ਹੈਗਾ, ਅਸੀਂ ਐਸ ਜੀ ਪੀ ਸੀ ਨਾਲ ਵੀ ਉਹਨਾਂ ਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਦੇ ਜਿਹੜਾ ਹੈਗਾ ਮੋਰਨਿੰਗ ਵਾਸਤੇ ਟੀ, ਸਨੈਕਸ, ਲੰਗਰ ਲਾ ਕੋਈ ਜਿਹੜਾ ਹੈਗਾ ਉੱਥੇ ਪ੍ਰਬੰਧ ਕੀਤਾ ਜਾਵੇ। ਅਤੇ ਆਹ ਜਿਵੇਂ ਤੁਸੀਂ ਦੇਖ ਰਹੇ ਹੋ ਪਿਆ, ਇਸ ਤਰ੍ਹਾਂ ਦੀ ਛੋਟੀਆਂ ਛੋਟੀਆਂ ਜਿਵੇਂ ਰਸਤੀਆਂ ਰੇਹੜੀਆਂ ਜਾਂ ਹੋਰ ਆਪਣੇ ਦਿਨ ਵੇਲੇ ਤਾਂ ਇਹ ਹੁੰਦੀਆਂ ਹੈਗੀਆਂ, ਪਰ ਬਹੁਤਾ ਜ਼ਿਆਦਾ ਜਿਹੜਾ ਹੈਗਾ ਜਦੋਂ ਕੋਰੀਡੋਰ ਤੋਂ ਕਿਸੇ ਨੇ ਜਾਣਾ ਹੁੰਦਾ ਹੈਗਾ ਸਵੇਰੇ ਸਵੇਰੇ, ਉਸ ਵੇਲੇ ਸ਼ਰਧਾਲੂ ਚਾਹੁੰਦੇ ਆ ਉਹਨਾਂ ਨੂੰ ਚਾਹ, ਸਨੈਕਸ, ਬੇਸ਼ੱਕ ਔਨ ਪੇਮੈਂਟ ਮਿਲ ਜਾਣ, ਪੈਸੇ ਦੀ ਨਹੀਂ ਕੋਈ ਗੱਲ, ਪਰ ਫੈਸਿਲਿਟੀ ਇੱਕ ਹੋਣੀ ਚਾਹੀਦੀ ਹੈਗੀ। ਇਹਦੇ ਨਾਲ ਨਾਲ ਜਿੱਥੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਵਿੱਚ ਉਤਸ਼ਾਹ ਹੈਗਾ, ਦੂਸਰਾ ਇੱਥੇ ਜਿਹੜਾ ਦੇਸ਼ ਭਰ ਵਿੱਚ ਸਿਟੀਜ਼ਨ ਅਮੈਂਡਮੈਂਟ ਐਕਟ ਵਿੱਚ ਕੁਛ ਡੈਮੋਸਟ੍ਰੇਸ਼ਨ ਵੀ ਚੱਲ ਰਹੀਆਂ, ਜਦਕਿ ਇਹਦੇ ਬਾਰੇ ਬੜੀਆਂ ਭਾਰਤ ਸਰਕਾਰ ਨੇ ਸਪਸ਼ਟੀਕਰਨ ਵੀ ਦਿੱਤਾ ਹੈਗਾ, ਪਰ ਜਿਹੜੀਆਂ ਕਾਂਗਰਸ ਪ੍ਰਧਾਨ ਹੈਗੀ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਜੀ ਜਾਂ ਜਿਹੜੇ ਕਾਂਗਰਸ ਦੇ ਹੋਰ ਸੀਨੀਅਰ ਲੀਡਰਸ, ਉਹ ਇਹਨੂੰ ਦੇਸ਼ ਦਾ ਏਕਤਾ ਅਤੇ ਅਖੰਡਤਾ ਵਾਸਤੇ ਖਤਰਾ ਦੱਸਦੇ ਹੈਗੇ ਆ। ਉਹ ਕਹਿੰਦੇ ਵੀ ਇਹਦੇ ਨਾਲ ਅਨਸੈਸਰੀ ਕਮਿਊਨਿਟੀ ਵਿੱਚ ਡਿਵਾਈਡ ਪੈਦਾ ਹੋ ਸਕਦਾ ਹੈਗਾ, ਵੀ ਇਹਨੂੰ ਗੌਰਮੈਂਟ ਨੂੰ ਵਿਦਡਰਾ ਕਰਨਾ ਚਾਹੀਦਾ ਹੈਗਾ। ਇਸੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਵੀ ਇਹ ਐਕਟ ਕੀ ਹੈਗਾ, ਇਹਦੇ ਕੀ ਰਿਪਰਕਸ਼ਨ ਕੀ ਆ, ਸਾਡਾ ਸੰਵਿਧਾਨ ਕੀ ਕਹਿੰਦਾ ਹੈਗਾ। ਅਸੀਂ ਦੋਨੋਂ ਚੀਜ਼ਾਂ ਇਸ ਵਾਰੀ ਕਲੱਬ ਕਰਾਂਗੇ ਅਤੇ ਇਹੋ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਵੇਂ ਇਹ ਕੋਰੀਡੋਰ ਨਾਲ ਵਧੀਆ ਹੋ ਸਕਦੇ ਹੈਗੇ, ਜਾਂ ਜਿਹੜਾ ਹੈਗਾ ਐਕਟ ਆ ਇਹੋ ਇਹਦੇ ਕਰਕੇ ਕੀ ਜਿਹੜੇ ਮੁਸਲਿਮ ਲੋਕ ਉਹਨਾਂ ਦੇ ਮਨ 'ਚ ਖਦਸ਼ੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਇਸ ਪ੍ਰੋਗਰਾਮ ਵਿੱਚ ਅਸੀਂ ਡਿਸਕਸ ਕਰਾਂਗੇ। ਇਹਦੇ ਨਾਲ ਨਾਲ ਇੱਕ ਹੋਰ ਖਬਰ ਆ, ਸ਼੍ਰੋਮਣੀ ਕਮੇਟੀ ਨੇ ਕੀਰਤਨੀ ਜੱਥਾ ਭੇਜਣ ਤੋਂ ਪਹਿਲਾਂ ਨਹੀਂ ਲਈ ਮਨਜ਼ੂਰੀ ਸਤਵੰਤ ਸਿੰਘ। ਇਹ ਤੁਹਾਨੂੰ ਪਤਾ ਹੈਗਾ ਦੋ ਤਿੰਨ ਹਫ਼ਤੇ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਰਾਗੀ ਜੱਥਾ ਗੋਲਡਨ ਟੈਂਪਲ ਦਾ ਸ਼੍ਰੋਮਣੀ ਕਮੇਟੀ ਨੇ ਭੇਜਣਾ ਸ਼ੁਰੂ ਕੀਤਾ ਸੀ, ਉਹ ਦੋ ਤਿੰਨ ਹਫ਼ਤੇ ਤਾਂ ਜਾਂਦਾ ਰਿਹਾ। ਹੁਣ ਕੱਲ੍ਹ ਦੀ ਖਬਰ ਆ, ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਅਤੇ ਲੰਗਰ ਦੀ ਸੇਵਾ ਕਰਨ ਲਈ ਭੇਜੇ ਗਏ ਜੱਥੇ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ PSGPC ਵੱਲੋਂ ਰੋਕ ਲਗਾ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਨਾਲ ਇਸ ਬਾਰੇ ਬਿਨਾਂ ਕੋਈ ਗੱਲਬਾਤ ਕੀਤੇ, ਬਿਨਾਂ ਲਿਖਤੀ ਮਨਜ਼ੂਰੀ ਲਏ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਆਪਣੇ ਕੀਰਤਨੀ ਜੱਥੇ ਭੇਜੇ ਗਏ ਸਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਅਤੇ ਹੋਰਨਾਂ ਪ੍ਰਬੰਧਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਕਰਕੇ ਇਹਦੇ 'ਤੇ ਰੋਕ ਲਗਾ ਦਿੱਤੀ ਗਈ ਹੈਗੀ। ਇਹ ਮੈਨੂੰ ਵੈਸੇ ਪੂਰਾ ਇਹਦਾ ਸਤਵੰਤ ਸਿੰਘ ਹੋਣਾ ਦਾ ਸਪਸ਼ਟ ਸਟੈਂਡ ਨਹੀਂ ਲੱਗਦਾ। ਜਦ ਉਹਨਾਂ ਨੇ ਦੋ ਤਿੰਨ ਹਫ਼ਤੇ ਉੱਥੇ ਕੀਰਤਨ ਕੀਤਾ ਉਦੋਂ ਨਹੀਂ ਸੀ ਤੁਹਾਨੂੰ ਪਤਾ ਹੈਗਾ, ਮਤਲਬ ਇਹ ਹੁਣ ਪਤਾ ਨਹੀਂ ਇੰਟਰਨਲ ਕੀ ਇਹਦੇ ਵਿੱਚ ਪੋਲੀਟਿਕਸ ਹੈਗੀ ਆ,
ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਹੁਣ 3-4 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਲਿਖਤੀ ਪੱਤਰ ਭੇਜ ਕੇ ਕੀਰਤਨੀ ਜੱਥੇ ਅਤੇ ਲੰਗਰ ਦੀ ਸੇਵਾ ਲਈ ਲਾਂਗਰੀ ਭੇਜਣ ਦੀ ਗੱਲ ਕਹੀ ਗਈ ਆ। ਉਹਨਾਂ ਕਿਹਾ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਸੇਵਾ ਦੇ ਹਰ ਪ੍ਰਕਾਰ ਦੇ ਕਾਰਜਾਂ ਲਈ PSGPC ਵੱਲੋਂ ਲਗਭਗ 150 ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਪਰ ਲੰਗਰ ਘਰ ਸਮੇਤ ਹੋਰਨਾਂ ਕਾਰਜਾਂ ਵਿੱਚ ਪਾਕਿਸਤਾਨ ਗੁਰਦੁਆਰਾ ਕਮੇਟੀ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਯੋਗ ਹੈ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਕੀਰਤਨੀ ਜੱਥੇ ਭੇਜਣ ਦੀ ਗੱਲ ਹੈ ਤਾਂ ਕਮੇਟੀ ਵੱਲੋਂ ਇਸ ਰਾਹੀਂ ਭੇਜੇ ਗਏ ਪੱਤਰ 'ਤੇ 6 ਜਨਵਰੀ ਦੀ ਬੈਠਕ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਏਗਾ। ਇਸ ਤਰ੍ਹਾਂ ਹੀ ਇਹ ਜਿਹੜਾ ਹੈਗਾ ਇੱਕ ਅੰਗਰੇਜ਼ੀ ਅਖਬਾਰ ਦੀ ਖਬਰ, ਰੋਵਰ ਮੇਰਟ SP ਗੋ ਟੂ ਪਾਕਿਸਤਾਨ ਰਿਮਾਰਕ, ਇਹ ਰੋ ਰਪਟਡ ਆਫਟਰ ਏ ਵੀਡੀਓ ਸ਼ੋਇੰਗ ਏ ਟੋਪ ਪੁਲਿਸ ਆਫਿਸਰ ਇਨ ਮੇਰਟ ਸਿੰਗ ਦੈਟ ਪ੍ਰੋਟੈਸਟਰਸ ਹੂ ਹੈਜ਼ ਹਿਟ ਸਟਰੀਟਸ ਅਗੇਂਸਟ ਅ ਨਿਊ ਸਿਟੀਜ਼ਨ ਲਾ ਕੁਡ ਗੋ ਟੂ ਪਾਕਿਸਤਾਨ, ਡਰਾਇੰਗ ਸ਼ਾਰਪ ਕ੍ਰਿਟੀਸਿਜ਼ਮ ਫਰੋਮ ਵੇਰੀਅਸ ਕੁਆਟਰਸ ਵਿਦ ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਵਾਡਰਾ ਔਨ ਸੈਚਰਡੇ ਅਕਿਊਜ਼ਿੰਗ BJP ਆਫ ਇਨਫਿਊਜ਼ਿੰਗ ਕਮਿਊਨਲ ਪੋਇਜ਼ਨ ਇਨ ਦਾ ਇੰਸਟੀਟਿਊਸ਼ਨ। ਦ ਇੰਸੀਡੈਂਟਲੀ ਪਰਪੋਰਟਲੀ ਟੁੱਕ ਪਲੇਸ ਔਨ December 20 ਇਨ ਲਸਾਰੀ ਗੇਟ ਪੁਲਿਸ ਸਟੇਸ਼ਨ ਏਰੀਆ ਵੈਨ ਮੇਰਟ SP ਅਖਿਲੇਸ਼ ਨਾਰਾਇਣ ਸਿੰਘ ਵਾਜ ਸਪੀਕਿੰਗ ਟੂ ਸਮ ਲੋਕਲ ਇਨ ਨੈਰੋ ਲੇਨ ਆਫਟਰ ਵਾਇਲੈਂਟ ਪ੍ਰੋਟੈਸਟ ਐਂਡ ਕਲੈਸ਼ ਇਨ ਦਾ ਸਿਟੀ ਲਾਸਟ ਵੀਕ ਲੈਫਟ 5 ਪਰਸਨਸ ਡੈਡ। ਸਿੰਘ ਹੈਵਰ ਸੈਡ ਹੀ ਮੇਡ ਦਾ ਰਿਮਾਰਕਸ ਫੋਰ ਪੀਪਲ ਸ਼ਾਊਟਿੰਗ ਸਲੋਗਨ ਇਨ ਸਪੋਰਟ ਆਫ ਪਾਕਿਸਤਾਨ ਡਿਊਰਿੰਗ ਦਾ ਪ੍ਰੋਟੈਸਟ। ਇਸੇ ਦੌਰਾਨ ਉਮਾ ਭਾਰਤੀ BJP ਦੇ ਸੀਨੀਅਰ ਲੀਡਰ, ਉਹਨਾਂ ਨੇ ਕਿਹਾ ਰੈਕਸ਼ਨ ਆਫ ਮੇਰਟ SP ਟੈਲਿੰਗ ਪ੍ਰੋਟੈਸਟਰ ਟੂ ਗੋ ਟੂ ਪਾਕਿਸਤਾਨ ਵਾਜ਼ ਨੈਚੁਰਲ ਐਜ਼ ਦੇ ਵਰ ਰੇਜ਼ਿੰਗ ਸਲੋਗਨ ਇਨ ਫੇਵਰ ਆਫ ਪਾਕਿਸਤਾਨ ਵਾਰ ਅਬਿਊਜ਼ਿੰਗ ਕੋਪਸ ਐਂਡ ਥਰੋਇੰਗ ਸਟੋਨ ਐਟ ਦਮ। ਇਹ ਕਰਤਾਰਪੁਰ ਕੋਰੀਡੋਰ ਦੀ ਕੀ ਮਹੱਤਤਾ ਹੈਗੀ ਆ ਅਤੇ ਜਿਹੜਾ ਹੈਗਾ ਸਿਟੀਜ਼ਨ ਅਮੈਂਡਮੈਂਟ ਐਕਟ, ਕਿਉਂ ਇਹ ਪ੍ਰੋਟੈਸਟ ਹੋ ਰਿਹਾ? ਡਾਕਟਰ ਦਲਜੀਤ ਸਿੰਘ ਜੀ, ਇਹ ਲੀਗਲ ਵੀ ਬਹੁਤ ਐਕਸਪਰਟ ਹੈ ਅਤੇ ਕਰੰਟ ਅਫੇਅਰ ਦੇ ਵੀ ਬਹੁਤ ਐਕਸਪਰਟ ਆ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਕਰਤਾਰਪੁਰ ਕੋਰੀਡੋਰ ਬੜੀ ਸ਼ਰਧਾ ਉਤਸ਼ਾਹ ਨਾਲ ਸ਼ੁਰੂ ਹੋਇਆ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ। ਹਾਂਜੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਤੁਸੀਂ? ਦੇਖੋ ਜੀ, ਇਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਕਰਤਾਰਪੁਰ ਤੱਕ ਇਹ ਜਿਹੜਾ ਲਾਂਘਾ ਖੁੱਲ੍ਹਿਆ, ਹਾਂਜੀ, ਇਹਦੇ ਨਾਲ ਇਹਦੇ ਬਹੁਤ ਆਯਾਮ ਆ, ਬਹੁਤ ਪਹਿਲੂ ਆ, ਬਹੁਤ ਫਾਇਦੇ ਹੋਣੇ ਆ, ਹਾਂਜੀ, ਔਰ ਹੋਏ ਵੀ ਆ। ਲੇਕਿਨ ਉਹਨਾਂ ਫਾਇਦਿਆਂ ਤੋਂ ਪਹਿਲਾਂ ਮੈਂ ਇੱਕ ਹੋਰ ਆਪਣੀ ਭਾਵਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ। ਜੀ, ਉਹ ਇਹ ਆ ਕਿ ਇਹ ਜਿਹੜਾ ਲਾਂਘਾ ਖੁੱਲ੍ਹਿਆ, ਇਹ ਗੁਰਬਾਣੀ ਦਾ ਇਹ ਸਿਧਾਂਤ ਕਿ ਸੱਚੇ ਮਨੋਂ ਔਰ ਦਿਲ ਦੀਆਂ ਡੰਗਾਈਆਂ ਵਿੱਚੋਂ ਕੀਤੀ ਅਰਦਾਸ ਕਦੀ ਬਿਰਥਾ ਨਹੀਂ ਜਾਂਦੀ। ਬਿਰਥਾ ਕਵੀ ਨਾ ਹੋਵੇ ਜਨ ਕੀ ਅਰਦਾਸ। ਇਹ ਜਿਹੜਾ ਲਾਂਘਾ ਖੁੱਲ੍ਹਿਆ, ਇਹਨੇ ਗੁਰਬਾਣੀ ਦੇ ਉਸ ਸਿਧਾਂਤ ਦੇ ਉੱਪਰ ਇਤਿਹਾਸ ਦੀ ਮੋਹਰ ਲਾਈ। ਬਹੁਤ ਅੱਛੀ ਗੱਲ। ਇਹ ਸਭ ਤੋਂ ਵੱਡੀ ਇਹ ਜਿਹੜੀ ਜਿਹੜਾ ਇੱਕ ਜਿਹੜਾ ਪ੍ਰਤੱਖ ਸੱਚ ਉੱਭਰ ਕੇ ਸਾਹਮਣੇ ਆਇਆ, ਉਹ ਇਹ ਆ ਜਿਹੜਾ ਕਿ ਅੱਜ ਦਾ ਸਮਾਂ ਆ ਉਹਦੇ ਵਿੱਚ ਗੁਰਬਾਣੀ ਦੇ ਜਿਹੜੇ ਸਿਧਾਂਤ ਹੈਗੇ ਆ ਜਾਂ ਗੁਰਬਾਣੀ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਜਾਂ ਗੁਰਬਾਣੀ ਜਿਸ ਗੱਲ ਦਾ ਜੋ ਜਿਹੜੇ ਸੱਚ ਸਾਨੂੰ ਦ੍ਰਿੜ ਕਰਨ ਲਈ ਕਹਿੰਦੀ ਆ, ਉਹਨਾਂ ਨੂੰ ਲੈ ਕੇ ਖਾਸ ਕਰਕੇ ਨਵੀਂ ਪੀੜ੍ਹੀ ਦੇ ਮਨਾਂ ਵਿੱਚ ਬਹੁਤ ਪ੍ਰਕਾਰ ਦੀਆਂ ਸ਼ੰਕਾਵਾਂ ਹੈ। ਜੀ ਜੀ ਜੀ, ਇਹ ਜਿਹੜਾ ਇਤਿਹਾਸਿਕ ਇੱਕ ਜਿਹੜਾ ਸਮਾਂ ਆਇਆ ਜਿਹਦੇ ਨਾਲ ਲਾਂਘਾ ਖੁੱਲ੍ਹਿਆ, ਇਹਨੇ ਉਹ ਜਿਹੜੀਆਂ ਜੇ ਕੋਈ ਸਮਝਣਾ ਚਾਹੇ ਤਾਂ ਉਹ ਸ਼ੰਕਾ ਦੇ ਉੱਪਰ ਇੱਕ ਤਰੀਕੇ ਨਾਲ ਪੁੱਛਾ ਫੇਰ ਦਿੱਤਾ ਕਿ ਇੱਦਾਂ ਦੀ ਗੱਲ ਨਹੀਂ। ਜੇ ਗੁਰਬਾਣੀ ਕਹਿੰਦੀ ਆ ਕਿ ਤੁਸੀਂ ਅਰਦਾਸ ਕਰੋ ਤੁਹਾਡੀ ਸੁਣੀ ਜਾਊਗੀ, ਤਾਂ ਉਹ ਇੱਦਾਂ ਸੁਣੀ ਜਾਂਦੀ ਹੈ। ਬਹੁਤ ਅੱਛੀ ਗੱਲ, ਠੀਕ ਹੈ। ਇਹ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਸਮਝਦਾ, ਇਹ ਜਿਹੜਾ ਲਾਂਘਾ ਖੁੱਲ੍ਹਿਆ ਉਹਦੇ ਵਿੱਚ ਉੱਭਰ ਕੇ ਆਉਂਦੀ ਆ ਇਹ ਆ। ਦੂਸਰੀ ਗੱਲ ਇਹ ਹੈਗੀ ਆ ਕਿ ਦੇਖੋ, ਗੁਰੂ ਨਾਨਕ ਦੇਵ ਜੀ ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਸੀਗੇ, ਹਾਂਜੀ, ਔਰ ਅਸੀਂ ਕਹਿ ਦਿੰਦੇ ਹਾਂ ਸਿੱਖਾਂ ਦੇ, ਇਹਨੂੰ ਦੋ ਤਰੀਕੇ ਨਾਲ ਕਹੀ ਜਾ ਸਕਦੀ ਗੱਲ। ਇੱਕ ਤਾਂ ਸਾਰੀ ਦੁਨੀਆਂ ਦੇ ਸਰਬੱਤ ਦਾ ਭਲਾ ਚਾਹੁਣ ਵਾਲੇ ਸੀਗੇ, ਅਤੇ ਦੂਸਰੀ ਗੱਲ ਸਿੱਖ ਵੀ ਆਪਾਂ ਕਹਿ ਲੈਂਦੇ ਹਾਂ ਕੋਈ ਲਿਮਿਟਡ ਨਹੀਂ, ਗੁਰਬਾਣੀ ਦੀ ਨਿਗਾਹ ਵਿੱਚ ਉਹ ਸਾਰੇ ਵਿਅਕਤੀ ਜਿਹੜੇ ਗੁਰੂ ਨਾਨਕ ਦੇ ਚੇਲੇ ਆ, ਗੁਰੂ ਨਾਨਕ ਦੀ ਬਾਣੀ ਵਿਸ਼ਵਾਸ ਰੱਖਣ ਵਾਲੇ ਆ, ਉਹ ਸਾਰੇ ਸਿੱਖ ਆ। ਇਸ ਕਰਕੇ ਉਹਨਾਂ ਸਾਰਿਆਂ ਲਈ ਜਿਹੜਾ ਲੋਕਾਂ ਦਾ ਗੁਰੂ ਨਾਨਕ ਦੀ ਵਿੱਚ ਆਸਥਾ ਆ, ਗੁਰੂ ਨਾਨਕ ਦੇ ਜਿਹੜੇ ਪ੍ਰਗਟਾਏ ਸੱਚ ਆ ਉਹਨਾਂ ਦੇ ਵਿੱਚ ਉਹਨਾਂ ਦੀ ਆਸਥਾ ਆ, ਜਿਹੜੇ ਗੁਰੂ ਨਾਨਕ ਨਾਲ ਆਪਣਾ ਉਹਨਾਂ ਦੇ ਨਾਲ ਪਿਆਰ ਰੱਖਦੇ ਆ, ਇਹ ਸਾਰਿਆਂ ਲਈ ਇੱਕ, ਕਿਉਂਕਿ ਉਹ ਸਥਾਨ ਆ
ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਇੱਥੇ ਗੱਲ ਸਮਝਣ ਵਾਲੀ ਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਤਾਂ ਜਿੱਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ ਆ ਉਹਦੇ ਸਿਧਾਂਤਾਂ ਦੀ ਸਿਰਜਣਾ ਕੀਤੀ ਹੈ ਆਪਣੀ ਬਾਣੀ ਵਿੱਚ ਅਤੇ ਫਿਰ ਜਿਹੜੇ ਸਿਧਾਂਤ ਗੁਰੂ ਸਾਹਿਬ ਨੇ ਸਿਰਜੇ ਆ ਉਹਨਾਂ ਨੂੰ ਦ੍ਰਿੜ ਕਰਾਉਣ ਲਈ ਪੂਰੀ ਦੁਨੀਆਂ ਦੇ ਵਿੱਚ ਉਹਨੇ ਚੱਕਰ ਲਾਇਆ ਜਿਹੜੀਆਂ ਚਾਰ ਅਦਾਸੀਆਂ ਕੀਤੀਆਂ। ਵਾਹ ਵਾਹ। ਔਰ ਤੀਜੀ ਗੱਲ ਫਿਰ ਇਹ ਹੈਗੀ ਆ ਕਿ ਉਹਨਾਂ ਨੇ ਫਿਰ ਪਹਿਲਾਂ ਤਾਂ ਸਿਰਜ ਕੇ ਫਿਰ ਉਹਨਾਂ ਨੂੰ ਲੋਕਾਂ ਨੂੰ ਦ੍ਰਿੜ ਕਰਾ ਕੇ ਫਿਰ ਉਹਨੂੰ ਇਹ ਸੀਗਾ ਕਿ ਕਿਸੇ ਨੂੰ ਕੋਈ ਸ਼ੰਕਾ ਨਾ ਰਾਜ ਮੈਂ ਕਿ ਇਹਦਾ ਕੋਈ ਪ੍ਰੈਕਟੀਕਲ ਵੈਲਿਊ ਨਹੀਂ। ਇਹ ਫਿਰ ਕਰਤਾਰਪੁਰ ਦੀ ਜਗ੍ਹਾ ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬੈਠ ਕੇ ਆਪਣੇ ਉਹ ਸਿਧਾਂਤ ਜਿਹੜੇ ਲੋਕਾਂ ਦੇ ਜੀਵਨ ਨੂੰ ਉੱਚਾ ਅਤੇ ਸੁੱਚਾ ਅਤੇ ਉਹਨਾਂ ਨੂੰ ਮੁਕਤੀ ਪ੍ਰਾਪਤ ਕਰਨ ਲਈ ਸਥਾਪਿਤ ਕੀਤੇ ਸੀਗੇ ਔਰ ਪੂਰੀ ਦੁਨੀਆਂ 'ਚ ਜਿਹਨਾਂ ਦਾ ਪ੍ਰਚਾਰ ਕੀਤਾ ਸੀ ਉਹਨਾਂ ਨੂੰ ਉਹਨਾਂ ਨੇ ਪ੍ਰੈਕਟੀਕਲੀ ਆਪਣੇ ਆਪਣੇ ਹੱਥਾਂ ਦੇ ਨਾਲ ਕਰਕੇ ਜੇ ਉਹਨੇ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਤੇ ਉਹ ਜਗ੍ਹਾ ਸੀ ਜਿੱਥੇ ਬਹਿ ਕੇ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਵੀ ਤਿੰਨੇ ਹੀ ਚੀਜ਼ਾਂ ਇਕੱਠੀਆਂ ਵੀ ਹੋ ਸਕਦੀਆਂ। ਇਸ ਕਰਕੇ ਉਹ ਜਗ੍ਹਾ ਬਹੁਤ ਪਵਿੱਤਰ ਉਹਦੀ ਜਿੰਨੀ 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 ਮੈਂ ਕਹਿੰਦਾ ਸਾਡੇ ਕੋਲ ਮੇਰੇ ਕੋਲ ਤਾਂ ਮੈਂ ਕਹਿੰਦਾ ਖਾਸ ਕਰਕੇ ਸ਼ਬਦ ਨਹੀਂ ਜਿਹਦੇ ਨਾਲ ਉਸ ਜਗ੍ਹਾ ਦੀ ਜਿਹੜੀ ਇਤਿਹਾਸਿਕਤਾ ਔਰ ਉਸ ਜਗ੍ਹਾ ਦੀ ਜਿਹੜੀ ਪਵਿੱਤਰਤਾ ਔਰ ਉਸ ਜਗ੍ਹਾ ਦੀ ਜਿਹੜੀ ਮਹੱਤਤਾ ਆ ਉਹਨੂੰ ਬਿਆਨ ਕੀਤਾ ਜਾ ਸਕੇ। ਔਰ ਇਹ ਉਹ ਜਗ੍ਹਾ ਆ ਜਿਹਦੇ ਦੂਰੋਂ ਦਰਸ਼ਨ ਕਰਕੇ ਹੀ ਮਨ ਨੂੰ ਤ੍ਰਿਪਤੀ ਹੁੰਦੀ ਸੀ। ਹੁਣ ਉਹ ਲੋਕ ਜਿਹੜੇ ਕਿ ਅੱਗੇ ਸਿਰਫ ਦੂਰੋਂ ਦਰਸ਼ਨ ਕਰਕੇ ਹੀ ਆ ਜਾਂਦੇ ਸੀ, ਠੀਕ ਹੈ ਨਾ, ਹੁਣ ਉਹਨਾਂ ਲੋਕਾਂ ਨੂੰ ਉਹ ਧਰਤੀ ਨੂੰ ਉਹ ਧਰਤੀ ਨੂੰ ਸਿੱਜਦਾ ਕਰਨ ਦਾ, ਉਸ ਧਰਤੀ ਦੇ ਦੀ ਮਿੱਟੀ ਨੂੰ ਆਪਣੇ ਮੱਥੇ 'ਤੇ ਲਾਉਣ ਦਾ ਔਰ ਉਸ ਧਰਤੀ ਦੇ ਉੱਪਰ ਉਹ ਇੱਦਾਂ ਕਿ ਜਿਹੜੀ ਮਾਡਰਨ ਸਾਇੰਸ ਆ ਉਹਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਵੀ ਜਿਹੜੀ ਇੱਕ ਵਾਰ ਆਵਾਜ਼ ਪੈਦਾ ਹੋ ਜਾਂਦੀ ਹੈ ਨਾ ਉਹ ਕਦੀ ਮਰਦੀ ਨਹੀਂ, ਉਹ ਮੱਧਮ ਹੋ ਜਾਂਦੀ ਆ, ਲੇਕਿਨ ਉਹ ਹਵਾ ਦੇ ਵਿੱਚ ਮੌਸਮ ਵਾਤਾਵਰਨ ਵਿੱਚ ਹਮੇਸ਼ਾ ਹੀ ਰਹਿੰਦੀ ਆ। ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਦੇਵ ਜੀ ਵਿਚਰੇ ਸੀਗੇ, ਉਹਨਾਂ ਦੀਆਂ ਜਿਹੜੀਆਂ ਛੁਆਵਾਂ ਆ ਉਹਨਾਂ ਦੀ ਜਿਹੜੀ ਆਵਾਜ਼ ਦੀ ਕੋਈ ਨਾ ਕੋਈ ਹਾਲੀ ਉਹ ਹੈਗੀ ਆ, ਹਾਲੀ ਉਹਦੀ ਗੂੰਜ ਉੱਥੇ ਕਿਤੇ ਹੈਗੀ ਆ, ਤਿਰੰਗਾ ਉੱਥੇ ਉਹਦੀਆਂ ਤਿਰੰਗਾ ਹਾਲੀ ਉੱਥੇ ਹੀ ਆ। ਅਤੇ ਜਿਸਲੇ ਫਿਰ ਅਸੀਂ ਚਲੋ ਠੀਕ ਹੈ ਦੂਰੋਂ ਆਪਣਾ ਅਸੀਂ ਆਪਣਾ ਜਿਹੜੀ ਆਪਣਾ ਇਸਦੇ ਆਪਣਾ ਜਿਹੜਾ ਸ਼ਰਧਾ ਸੀ ਉਹਦਾ ਪ੍ਰਗਟ ਕਰ ਦਿੰਦੇ ਸੀ, ਪਰ ਉਹ ਜਿਹੜੀਆਂ ਉੱਥੇ ਦੀਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਛੁਆਵਾਂ ਅਤੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਜਿਹੜੇ ਸਹਿਜ ਬਚਨ, ਮਿੱਠੇ ਬਚਨ, ਅਲਾਹੀ ਬਚਨ, ਉਹਨਾਂ ਦੀਆਂ ਜਿਹੜੀਆਂ ਤਿਰੰਗਾਂ ਸੀਗੀਆਂ, ਇਹ ਫਿਰ ਹੋ ਸਕਦਾ ਸੀ ਕਿ ਇੱਧਰ ਆਉਣ ਵੀ ਤਾਂ ਨਾ, ਉੱਥੇ ਇਸ ਗੱਲ ਦਾ ਯਕੀਨ ਹੋ ਗਿਆ ਕਿ ਅਸੀਂ ਉੱਥੇ ਜਾਵਾਂਗੇ ਅਤੇ ਉਹਨਾਂ ਤਿਰੰਗਾਂ ਦੇ ਵਿੱਚ ਦੀ ਉਹਨਾਂ ਛੁਆਵਾਂ ਦੇ ਵਿੱਚ ਦੀ ਉਸ ਵਾਤਾਵਰਨ ਦੇ ਵਿੱਚ ਦੀ ਆਪਾਂ ਵਿਚਰਾਂਗੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਬਹਿ ਕੇ ਆਪਣੀ ਬਾਣੀ ਉਚਾਰੀ ਸੀ, ਉਹਦਾ ਕੀਰਤਨ ਕੀਤਾ ਸੀ ਔਰ ਉਹਨੂੰ ਬਾਣੀ ਨੂੰ ਉਹਨੇ ਆਪਣੀ ਜਿਹੜੀ ਪ੍ਰੈਕਟੀਕਲ ਸ਼ੇਪ ਹੈਗੀ ਆ ਉਹ ਦਿੱਤੀ ਸੀ। ਇਸ ਕਰਕੇ ਮੈਂ ਸਮਝਦਾ ਹਾਂ ਕਿ ਇਸ ਜਿਹੜਾ ਸਾਰੇ ਦੇਸ਼ਾਂ ਲਈ ਸਾਰੇ ਲੋਕਾਂ ਲਈ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਤਰੀਕੇ ਨਾਲ ਇਹ ਵਡਿਆਈ ਦੀ ਗੱਲ ਆ, ਪਾਕਿਸਤਾਨ ਵਾਲੇ ਦੀ ਸਰਕਾਰ ਦੀ ਵੀ ਵਡਿਆਈ ਆ, ਹਿੰਦੁਸਤਾਨ ਦੀ ਸਰਕਾਰ ਦੀ ਵੀ ਵਡਿਆਈ ਆ ਕਿ ਜਿਹਨਾਂ ਨੇ ਇੱਦਾਂ ਦਾ ਵਡਮੁੱਲਾ ਖਜ਼ਾਨਾ ਜਿਹਦੇ ਵਿੱਚ ਇੱਦਾਂ ਦੀ ਖਜ਼ਾਨਾ ਇਕੱਲੇ ਪੈਸਿਆਂ ਦਾ ਨਹੀਂ ਹੁੰਦਾ, ਖਜ਼ਾਨਾ ਉਹ ਹੁੰਦਾ ਜਿੱਥੋਂ ਜਿਹਨੂੰ ਵਰਤ ਕੇ ਜਿਹਨੂੰ ਜਿਹਤੇ ਚੱਲ ਕੇ ਤੁਹਾਡੀ ਜ਼ਿੰਦਗੀ ਸੁਧਰਦੀ ਆ ਅਤੇ ਜਿੱਥੋਂ ਤੁਹਾਡੀ ਜ਼ਿੰਦਗੀ ਨੂੰ ਸੇਧ ਮਿਲਦੀ ਆ, ਜਿੱਥੋਂ ਤੁਹਾਡੀ ਜ਼ਿੰਦਗੀ ਨੂੰ ਅਗਵਾਈ ਮਿਲਦੀ ਆ, ਜਿੱਥੋਂ ਤੁਹਾਡੀ ਜਾ ਕੇ ਤੁਹਾਡੀ ਜਿਹੜੀ ਜ਼ਿੰਦਗੀ ਸਰਸ਼ਾਰ ਹੁੰਦੀ ਆ ਉੱਥੇ ਦੇ ਤੁਹਾਨੂੰ ਜਾਣ ਦਾ ਮੌਕਾ ਮਿਲ ਜਾਵੇ, ਇਹ ਸਭ ਤੋਂ ਵੱਡਾ ਉਹ ਜਗ੍ਹਾ ਸਭ ਤੋਂ ਵੱਡਾ ਖਜ਼ਾਨਾ ਹੈ। ਅਤੇ ਇਹ ਪਾਕਿਸਤਾਨ ਦੀ ਸਰਕਾਰ ਨੇ ਉੱਧਰ ਸਾਨੂੰ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈਗੇ ਆ ਉਹਨਾਂ ਨੂੰ ਜਾਣ ਦੀ ਆਗਿਆ ਬਖਸ਼ੀ ਔਰ ਹਿੰਦੁਸਤਾਨ ਦੀ ਲੋਕ ਸਰਕਾਰ ਨੇ ਉੱਧਰ ਆਪਣੇ ਸ਼ਹਿਰੀਆਂ ਨੂੰ ਜਾਂ ਇੱਧਰ ਦੀ ਹੋ ਕੇ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ ਆ ਉਹਨੇ ਬਖਸ਼ੀ ਆ। ਇਹ ਸਾਰੇ ਹੀ ਵਡਿਆਈ ਦੇ ਔਰ ਧੰਨਵਾਦ ਦੇ ਪਾਤਰ ਆ ਔਰ ਸਭ ਤੋਂ ਵੱਡੇ ਉਹ ਮੈਂ ਸਮਝਦਾ ਵਡਭਾਗੇ ਲੋਕ ਆ ਜਿਹਨਾਂ ਲੋਕਾਂ ਨੂੰ ਆਪਣੇ ਜਿਹੜੇ ਰਹਿਬਰ ਸੀਗੇ ਜਿਹਨਾਂ ਨੇ ਕਿ ਇਹ ਸਾਰੀ ਦੁਨੀਆਂ ਨੂੰ, ਨਹੀਂ ਤਾਂ ਬਾਕੀ ਦੁਨੀਆਂ ਦੇ ਧਰਮ ਕੋਈ ਧਰਮ ਇੱਦਾਂ ਦਾ ਨੀਗਾ ਜਿਹੜਾ ਪੂਰੀ ਪੂਰੀ ਮਾਨਵਤਾ ਦੀ ਗੱਲ ਕਰਦਾ ਹੋਵੇ। ਪੂਰੇ ਸਿੱਖ ਧਰਮ ਸਿਰਫ ਮਾਨਵਤਾ ਦੀ ਨਹੀਂ ਗੱਲ, ਇਹ ਤਾਂ ਪੂਰੀ ਕੁਦਰਤ ਦੀ ਗੱਲ ਕਰਦਾ, ਇਹ ਪੂਰੀ ਕਾਇਨਾਤ ਦੀ ਗੱਲ ਕਰਦਾ ਔਰ ਕਾਇਨਾਤ ਦਾ ਭਲਾ ਚਾਹੁਣ ਵਾਲਾ ਧਰਮ ਔਰ ਉਹ ਧਰਮ ਦੇ ਬਾਨੀ ਦੇ ਜਿਹੜੇ ਜਗ੍ਹਾ ਹੈਗੀ ਆ ਉਹਦੇ ਦਰਸ਼ਨ ਕਰਨ ਦਾ ਇੱਕ ਮੌਕਾ ਬਣਿਆ। ਮੈਂ ਸਮਝਦਾ ਅੱਜ ਦੇ ਸੰਸਾਰ ਦੇ ਵਿੱਚ ਇਹ ਤੋਂ ਵੱਡੀ ਕਿਸੇ ਨੂੰ ਵੀ ਕੋਈ ਇਹ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ, ਇਹ ਤੋਂ ਕੋਈ ਵੱਡਾ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਇੱਕ ਡਾਕਟਰ ਸਾਹਿਬ ਅਖੀਰ ਵਿੱਚ ਹੋਰ ਗੱਲ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਰਤਾਰਪੁਰ ਕੋਰੀਡੋਰ ਭਾਵੇਂ ਭਾਰਤ ਪਾਕਿਸਤਾਨ ਦੇ ਸਾਰੇ ਪੱਖੋਂ ਰਿਲੇਸ਼ਨ ਬਣਦੇ ਆ, ਸਾਡੇ ਡਿਪਲੋਮੈਟਿਕ ਚੈਨਲ ਬਣਦੇ ਆ, ਰੇਲ ਲਿੰਕ ਬਣਦੇ ਆ,
ਟਰੇਡ ਬੰਦ ਆ, ਰੋਡ ਲਿੰਕ ਬੰਦ ਆ, ਪਰ ਇਹ ਕਰਤਾਰਪੁਰ ਕੋਰੀਡੋਰ ਬਾਬੇ ਨਾਨਕ ਦੀ ਕਿਰਪਾ ਨਾਲ ਤਾਂ ਵੀ ਖੁੱਲ੍ਹ ਗਿਆ ਹੈਗਾ। ਇਹ ਦੋਨਾਂ ਦੇਸ਼ਾਂ ਦੀ ਦੋਸਤੀ ਵਿੱਚ, ਖਾਸ ਤੌਰ 'ਤੇ ਸਾਡਾ ਇੱਧਰ ਪੰਜਾਬ ਵਿੱਚ ਬੜੀਆਂ ਸਾਡੀਆਂ ਚੀਜ਼ਾਂ ਹੁੰਦੀਆਂ, ਸਬਜ਼ੀਆਂ ਉੱਧਰ ਜਾਣ, ਉੱਧਰਲਾ ਮਾਲ ਇੱਧਰ ਆਵੇ, ਟਰੇਡ ਰਿਵਾਈਵਲ ਲਈ ਕੁਛ ਹੈਲਪ ਕਰ ਸਕਦਾ ਕਿ ਜਾਂ ਭਾਰਤ ਪਾਕ ਦੋਸਤੀ ਲਈ? ਦੇਖੋ, ਜਿਹੜਾ ਆਪਾਂ ਅੰਗਰੇਜ਼ੀ 'ਚ ਕੋਰੀਡੋਰ ਕਹਿੰਦੇ ਹਾਂ, ਹਾਂਜੀ, ਅਤੇ ਪੰਜਾਬੀ 'ਚ ਲਾਂਘਾ ਕਹਿੰਦੇ, ਲਾਂਘਾ, ਹਾਂਜੀ। ਅਤੇ ਲਾਂਘੇ ਦਾ ਮਤਲਬ ਕੀ ਹੈ ਕਿ ਉੱਥੋਂ ਲੰਘ ਕੇ ਅਸੀਂ ਉੱਥੇ ਵਿੱਚ ਸ਼ਾਮਿਲ ਹੋ ਜਾਂਦੇ ਹਾਂ, ਠੀਕ ਹੈ। ਅਤੇ ਜਿਸਲੇ ਆ ਜਿਹੜਾ ਸਾਰਾ ਕੁਛ ਤੁਸੀਂ ਗੱਲ ਕੀਤੀ ਆ, ਸਾਰਾ ਕੁਛ ਰੁਕਿਆ, ਕਿਉਂ ਰੁਕਿਆ? ਇੱਧਰਲੇ ਇੱਧਰਲੇ ਅਸੀਂ ਇੱਧਰ ਹਾਂ, ਉੱਧਰਲੇ ਉੱਧਰਲੇ ਉਹ। ਅਤੇ ਜਿਸਲੇ ਲਾਂਘਾ ਬਣਿਆ, ਅਸੀਂ ਉਹਨਾਂ ਦੇ ਵਿੱਚ ਜਾਵਾਂਗੇ, ਅਤੇ ਕੁਦਰਤੀ ਤੌਰ 'ਤੇ ਜਿਸਲੇ ਜਾਣਾ ਸ਼ੁਰੂ ਹੋਇਆ, ਆਉਣ ਜਾਣ ਜਿਹੜੀ ਸ਼ੁਰੂ ਹੋ ਗਈ, ਤਾਂ ਫਿਰ ਆਖੀ ਜਿਹੜੀਆਂ ਬਾਕੀ ਇਹ ਜਿਹੜੇ ਰਿਸ਼ਤੇ ਹੈਗੇ ਆ, ਚਾਹੇ ਆਰਥਿਕ ਰਿਸ਼ਤੇ ਹੈਗੇ ਆ, ਚਾਹੇ ਸਮਾਜਿਕ ਰਿਸ਼ਤੇ ਹੈਗੇ ਆ, ਚਾਹੇ ਸੱਭਿਆਚਾਰਕ ਰਿਸ਼ਤੇ ਹੈਗੇ ਆ, ਜਿਹੜੇ ਆਉਣਾ ਜਾਣਾ ਸ਼ੁਰੂ, ਇਹ ਸਾਰੇ ਰਿਸ਼ਤਿਆਂ ਦੀ ਜਿਹੜੀ ਸ਼ੁਰੂਆਤ ਹੁੰਦੀ ਆ, ਮੁੱਢ ਹੁੰਦੀ ਆ, ਆਉਣ ਜਾਣ ਤੋਂ ਹੁੰਦੀ ਆ। ਜਿੱਥੇ ਆਉਣ ਜਾਣ ਨਾ ਹੋਵੇ ਉੱਥੇ ਰਿਸ਼ਤੇ ਨਹੀਂ ਬਣਦੇ। ਤੇ ਹੁਣ ਕਿਉਂਕਿ ਆਉਣ ਜਾਣ ਸ਼ੁਰੂ ਹੋ ਗਿਆ, ਤਾਂ ਫਿਰ ਆਪਾਂ ਜਿਹੜੀ ਉਹ ਜਿਹੜੀ ਇੱਕ ਤਰੀਕੇ ਨਾਲ ਉਹ ਜਿਹੜੇ ਰਿਸ਼ਤੇ ਸੀਗੇ ਸਾਰੇ ਪ੍ਰਕਾਰ ਦੇ, ਉਹਨਾਂ ਦੀ ਸੰਭਾਵਨਾਵਾਂ ਅਸੀਂ ਆਪਣੇ ਆਪ 'ਚ ਖੋਲ੍ਹ ਲਈ ਆ। ਔਰ ਜੇ ਦੋਹਾਂ ਪਾਸੇ ਜਿਹੜਾ ਜੇ ਭਾਵਨਾਵਾਂ ਸ਼ੁੱਧ ਹੋਊਗੀ, ਤੇ ਮਹਾਰਾਜ ਕਿਰਪਾ ਕਰੂਗਾ, ਜਿੱਦਾਂ ਇੱਕ ਲਾਂਘਾ ਖੁੱਲਿਆ ਆ, ਉਦਾਂ ਹੀ ਮਹਾਰਾਜ ਕਿਰਪਾ ਕਰੂਗਾ, ਇਹ ਜਿਹੜਾ ਲਾਂਘਾ ਆ ਇਹ ਦਿਲਾਂ ਨੂੰ ਵੀ ਲਾਗੇ ਲਿਆਵੇ, ਵਿਅਕਤੀਆਂ ਨੂੰ ਵੀ ਲਾਗੇ ਲਿਆਵੇ, ਔਰ ਜਿਹੜੇ ਇੱਕ ਦੂਜੇ ਦੇ ਜਿਹੜੇ ਇੰਟਰਸਟ ਹੈਗੇ ਆ, ਇੱਕ ਦੂਜੇ ਦੀ ਜਿਹੜੀ ਲੋੜ ਪੂਰੀ ਕਰਨ ਦੀ ਗੱਲ ਹੈਗੀ ਆ, ਔਰ ਇੱਕ ਦੂਜੇ ਲੋਕਾਂ ਦੀਆਂ ਭਾਵਨਾ ਨੂੰ ਸਮਝਣ ਦੀ ਜਿਹੜੀ ਗੱਲ ਹੈਗੀ ਆ, ਇੱਕ ਦੂਜੇ ਦੇ ਵਿੱਚ ਜਿਹੜੀ ਸ਼ਾਮਿਲ ਹੋਣ ਦੀ ਗੱਲ ਆ, ਉਹਦੇ ਲਈ ਵੀ ਇੱਕ ਸਿਲਾ ਹਿਲਾ ਵੀ ਹਿਲਾ ਵਸੀਲਾ ਬਣੇ, ਉਹਦੇ ਲਈ ਵੀ ਇੱਕ ਭਾਵਨਾ ਬਣੇ, ਔਰ ਉਹ ਦਿਨ ਦੂਰ ਨਹੀਂ, ਮਹਾਰਾਜ ਦੀ ਕਿਰਪਾ ਹੋਊਗੀ। ਇਹ ਸ਼ਾਇਦ ਇਹ ਜਿਹੜਾ ਅਦਰਵਾਈਜ਼ ਤਾਂ ਇਹ ਜਿਹੜਾ ਕਰਤਾਰਪੁਰ ਆ ਇਹ ਸਰਹੱਦ ਤੋਂ ਬਹੁਤੀ ਦੂਰ ਨਹੀਂ ਗਾ, ਤਿੰਨ ਚਾਰ ਕਿਲੋਮੀਟਰ ਆ। ਤੇ ਵੈਸੇ ਤਾਂ ਜੇ ਉਦੋਂ ਇਹ ਹਿੰਦੁਸਤਾਨ 'ਚ ਵੀ ਰਹਿ ਸਕਦਾ ਸੀ, ਤੇ ਹੋ ਸਕਦਾ ਕੋਈ ਨਾਨਕ ਪਾਤਸ਼ਾਹ ਨੂੰ ਇਹੀ ਗੱਲ ਮਨਜ਼ੂਰ ਹੋਵੇ ਵੀ ਇਹ ਇੱਧਰ ਰੱਖੋ, ਤੇ ਫਿਰ ਮੁੜ ਕੇ ਕਿਤੇ ਇੱਥੇ ਦੀ ਲੰਘਾ ਬਣੇ, ਤਾਂ ਕੋਈ ਹੀਲਾ ਵੀ ਸੀਲਾ ਬਣੇ, ਕੋਈ ਆਨਾ ਬਹਾਨਾ ਬਣੇ, ਹੋ ਸਕਦਾ ਮਹਾਰਾਜ ਨੂੰ ਇਹੀ ਹੋਵੇ, ਤਾਂ ਉਹਨਾਂ ਮਹਾਰਾਜ ਦੀ ਜਿਹੜੀ ਬਖਸ਼ਿਸ਼ ਆ ਕੱਲ ਨੂੰ ਹੋ ਸਕਦਾ ਮਨਜ਼ੂਰ ਹੋ ਜਾਵੇ। ਬਹੁਤ ਅੱਛੀ ਗੱਲ, ਬਹੁਤ ਸੋਹਣੀ ਗੱਲ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਥੈਂਕ ਯੂ। ਇਹਦੇ ਵਿੱਚ ਤਬਦੀਲੀ ਕਰ ਦਿੱਤੀ। ਉਹ ਕੀ ਕੀਤੀ ਹੈ ਡਾਕਟਰ? ਤਬਦੀਲੀ ਇੱਦਾਂ ਕੀਤੀ ਆ ਕਿ ਇਹ ਐਕਟ ਵਿੱਚ ਜਿਹੜਾ ਅਮੈਂਡਮੈਂਟ ਐਕਟ 1920 ਆ, ਇਹਦੇ ਵਿੱਚ ਇਹ ਕਿਹਾ ਗਿਆ ਕਿ ਵੀ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਇਹਨਾਂ ਤਿੰਨਾਂ ਦੇਸ਼ਾਂ ਵਿੱਚੋਂ ਜੇ ਕੋਈ ਹਿੰਦੂ, ਸਿੱਖ, ਈਸਾਈ, ਬੋਧੀ, ਜੈਨੀ ਤੇ ਪਾਰਸੀ, ਹਾਂਜੀ, ਉਹ ਇਹਨਾਂ ਤਿੰਨਾਂ ਦੇਸ਼ਾਂ 'ਚੋਂ ਕੋਈ ਹਿੰਦੁਸਤਾਨ ਵਿੱਚ ਆਉਂਦਾ ਆ, ਤੇ ਉਹ ਇਲੀਗਲ ਇਮੀਗ੍ਰੈਂਟ ਨਹੀਂ ਹੋਊਗਾ। ਅੱਛਾ, ਇਹਨਾਂ ਤਿੰਨ, ਪਾਕਿਸਤਾਨ, ਅਫਗਾਨਿਸਤਾਨ, ਤੇ ਬੰਗਲਾਦੇਸ਼ 'ਚੋਂ, ਇਹਨਾਂ ਤਿੰਨਾਂ, ਜਿਹੜਾ ਕਿ ਅਦਰਵਾਈਜ਼ ਜਿਹੜਾ 1955 ਵਾਲਾ ਐਕਟ ਹੈਗਾ ਉਹਦੇ ਹਿਸਾਬ ਨਾਲ ਜਿਹੜੇ ਬਾਕੀ ਦੇਸ਼ਾਂ ਤੋਂ ਆਏ ਤਾਂ ਲੋਕ ਇਲੀਗਲ ਹੋਣਗੇ, ਲੇਕਿਨ ਇਹਨਾਂ ਦੇਸ਼ਾਂ 'ਚੋਂ ਜੇ ਕੋਈ ਵਿਅਕਤੀ ਇੱਦਾਂ ਦਾ ਆਉਂਦਾ ਜਿਹਦੇ ਕੋਲ ਕੋਈ ਕਾਗਜ਼ ਹੈ ਨਹੀਂਗੇ, ਜਾਂ ਜਿਹੜਾ ਇੱਥੇ ਆਣ ਕੇ ਓਵਰਸਟੇ ਕਰ ਗਿਆ, ਉਹਨਾਂ ਨੂੰ ਇਲੀਗਲ ਇਮੀਗ੍ਰੈਂਟ ਨਹੀਂ ਸਮਝਿਆ ਜਾਊਗਾ। ਅੱਛਾ, ਪਰ ਮੁਸਲਮ ਨਹੀਂ ਚਾਹੀਦੇ ਇਹਦੇ ਵਿੱਚ ਇਨਕਲੂਡ? ਹਾਂਜੀ ਹਾਂਜੀ ਹਾਂਜੀ, ਇਹ 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 ਇਹਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਕਿ ਅਮੈਂਡਮੈਂਟ ਉਹਨੇ ਇਹ ਕੀਤੀ ਕਿ ਵੀ ਇਹਦੇ ਵਿੱਚ ਜਿਹੜਾ ਆ ਜਿਹੜਾ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚੋਂ ਜਿਹੜੇ ਆਉਣ ਵਾਲੇ ਵਿਅਕਤੀ ਹੈਗੇ ਆ, ਚਾਹੇ ਉਹਨਾਂ ਕੋਲ ਕਾਗਜ਼ ਹੋਣ ਚਾਹੇ ਨਾ ਹੋਣ, ਤੇ ਚਾਹੇ ਇੱਥੇ ਓਵਰਸਟੇ ਕੀਤੇ ਹੋਣ, ਇਹਦੇ ਆਧਾਰ, ਕਾਗਜ਼ ਨਾ ਹੋਣ ਦੇ ਆਧਾਰ 'ਤੇ
ਤੇ ਓਵਰਸਟੇ ਦੇ ਆਧਾਰ ਤੇ ਉਹਨਾਂ ਨੂੰ ਇਲੀਗਲ ਇਮੀਗ੍ਰੈਂਟ ਨਹੀਂ ਸਮਝਿਆ ਜਾਂਦਾ, ਚਾਹੇ ਆ ਚੁੱਕੇ ਆ ਚਾਹੇ ਗਾਹ ਆਉਣਗੇ। ਇਹ ਇਹ ਅਗਲੀ ਗੱਲ ਆ ਹਾਂਜੀ ਕਿ ਜਿਹੜੇ ਆ ਚੁੱਕੇ ਆ ਉਹ ਵੀ ਤੇ ਜਿਹੜੇ ਗਾਹ ਆਉਣ ਵਾਲੇ ਆ ਉਹਨਾਂ ਲਈ ਵੀ ਕੋਈ ਰੋਕ ਨਹੀਂ। ਇਹਦਾ ਮਤਲਬ ਇਹ ਹੋਗਾ ਕਿ ਵੀ ਇਹਨਾਂ ਤਿੰਨਾਂ ਦੇਸ਼ਾਂ ਚੋਂ ਜਦੋਂ ਜਦੋਂ ਕੋਈ ਵੀ ਵਿਅਕਤੀ ਬਗੈਰ ਕਾਗਜ਼ਾਂ ਤੋਂ ਇੱਥੇ ਆ ਜਾਊਗਾ ਉਹਨੂੰ ਇਲੀਗਲ ਇਮੀਗ੍ਰੈਂਟ ਨਹੀਂ ਸਮਝਿਆ ਜਾਊਗਾ, ਮਤਲਬ ਉਹਨੂੰ ਨਾਗਰਿਕਤਾ ਮਿਲ ਜਾਏਗੀ। ਨਹੀਂ ਨਹੀਂ ਨਾਗਰਿਕ ਹੋਣ ਲਈ ਅਪਲਾਈ ਕਰ ਸਕਦਾ, ਜੋ ਅਪਲਾਈ ਕਰ ਸਕਦਾ, ਇਧਰ ਸ਼ਰਤ ਸੀ ਨਾ ਕਿ ਜੇ ਤੁਸੀਂ ਇਲੀਗਲ ਆ ਤਾਂ ਅਪਲਾਈ ਨਹੀਂ ਕਰ ਸਕਦੇ, ਅਪਲਾਈ ਕਰ, ਠੀਕ ਹੈ ਨਾ। ਉਹ ਜਿਹੜੀ ਉਹਦਾ ਡਿਸਕੁਆਲੀਫਿਕੇਸ਼ਨ ਸੀ ਹੁਣ ਉਹ ਡਿਸਕੁਆਲੀਫਿਕੇਸ਼ਨ ਹਟਾ ਦਿੱਤੀ, ਠੀਕ ਹੈ ਨਾ। ਤੇ ਹੁਣ ਕਹਿਣ ਦਾ ਵਾਲੇ ਸੀ ਵੀ ਜਿਹੜੇ ਇਹਨਾਂ ਤਿੰਨਾਂ ਦੇਸ਼ਾਂ ਵਿੱਚੋਂ ਇਹਨਾਂ ਸ਼ੀਆ ਧਰਮਾਂ ਨਾਲ ਸੰਬੰਧਿਤ ਜਿਹੜੇ ਲੋਕ ਹੁਣ ਤੱਕ ਆ ਗਏ ਆ ਉਹ ਵੀ ਇਲੀਗਲ ਨਹੀਂ ਗੇ, ਤੇ ਜਿਹੜੇ ਕੱਲ ਨੂੰ ਆਉਣਗੇ ਉਹਨਾਂ ਨੂੰ ਵੀ ਇਲੀਗਲ ਇਮੀਗ੍ਰੈਂਟ ਨਹੀਂ ਸਮਝਿਆ ਜਾਊਗਾ। ਹਾਂਜੀ ਹਾਂਜੀ ਇੱਕ ਤਾਂ ਇਹਦੇ ਵਿੱਚ ਅਮੈਂਡਮੈਂਟ ਇਹ ਕੀਤੀ ਗਈ ਹੈ। ਦੂਸਰੀ ਅਮੈਂਡਮੈਂਟ ਇਹ ਕੀਤੀ ਗਈ ਆ ਕਿ ਅੱਗੇ ਇੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹਦੇ ਲਈ ਅਪਲਾਈ ਕਰਨ ਲਈ ਨੈਚੁਰਲਾਈਜੇਸ਼ਨ ਵਿੱਚ ਅਤੇ ਜਿਹੜਾ ਹੈਗਾ ਰਜਿਸਟ੍ਰੇਸ਼ਨ ਵਿੱਚ ਇਹ ਸ਼ਰਤ ਸੀ ਕਿ ਤੁਹਾਨੂੰ ਤੁਸੀਂ 11 ਸਾਲ ਦੇ ਵਾਸੀ ਹੋਣੇ ਚਾਹੀਦੇ ਹਿੰਦੁਸਤਾਨ ਦੇ। ਅੱਛਾ ਜੀ। ਘੱਟੋ ਘੱਟ 11 ਸਾਲ ਰਹੇ ਹੋਵੋਗੇ ਫਿਰ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਹਾਂ। ਹਾਂਜੀ ਹਾਂ। ਪਰ ਹੁਣ ਉਹਨੇ ਉਹ ਜਿਹੜੀ 11 ਸਾਲ ਦਾ ਸਮਾਂ ਆ ਉਹ ਘਟਾ ਕੇ 5 ਸਾਲ ਕਰ ਦਿੱਤਾ। ਅੱਛਾ ਜੀ, ਠੀਕ ਹੈ ਨਾ। ਇਹ ਦੋ ਜਿਹੜੀਆਂ ਮੇਜਰ ਅਮੈਂਡਮੈਂਟਸ ਹੈਗੀਆਂ ਕਿ ਵੀ ਇੱਕ ਤਾਂ ਜਿਹੜਾ ਪਹਿਲਾਂ ਰਹਿਣ ਲਈ ਇੱਥੇ ਤੁਸੀਂ ਜੇ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ ਸੀਗਾ ਰਜਿਸਟ੍ਰੇਸ਼ਨ ਲਈ ਜਾਂ ਨੈਚੁਰਲਾਈਜੇਸ਼ਨ ਲਈ ਉਹਦੇ ਲਈ ਤੁਹਾਨੂੰ ਘੱਟੋ ਘੱਟ ਇੱਥੇ ਦਾ 11 ਸਾਲ ਦਾ ਵਾਸੀ ਹੋਣਾ ਜ਼ਰੂਰੀ ਸੀਗਾ, ਉਹ 5 ਸਾਲ ਕਰਤਾ। ਦੂਜਾ ਇਹ ਸੀਗਾ ਕਿ ਅੱਗੇ ਤੁਸੀਂ ਅਪਲਾਈ ਕਰਨ ਲਈ ਤੁਹਾਨੂੰ ਜੇ ਤੁਸੀਂ ਇਲੀਗਲ ਇਮੀਗ੍ਰੈਂਟ ਆ ਤਾਂ ਫਿਰ ਨਹੀਂ ਕਰ ਸਕਦੇ ਸੀ, ਪਰ ਹੁਣ ਇਹਨਾਂ ਦੇਸ਼ਾਂ ਵਿੱਚੋਂ ਇਹਨਾਂ ਧਰਮਾਂ ਨਾਲ ਸੰਬੰਧਿਤ ਵਿਅਕਤੀ ਆਏ ਹੋ ਉਹਨਾਂ ਨੂੰ ਕਦੀ ਵੀ ਇਲੀਗਲ ਇਮੀਗ੍ਰੈਂਟ ਨਹੀਂ ਸਮਝਿਆ ਜਾਊਗਾ। ਇਹਦੇ ਨਾਲ ਫਿਰ ਜਦੋਂ ਐਕਟ ਆਉਣੇ ਨਾਲ ਯੂਪੀ ਵਿੱਚ ਪੰਜਾਬ ਵਿੱਚ ਵੀ ਬੜਾ ਡੈਮੋਸਟ੍ਰੇਸ਼ਨ ਹੋਏ ਹੈਗੇ ਆ ਤੇ ਆਸਾਮ ਤਾਂ ਬਹੁਤ ਹੀ ਜ਼ਿਆਦਾ ਵਾਇਲੈਂਸ ਹੋਈ ਹੈਗੀ ਆ, ਉਹ ਵਾਇਲੈਂਸ ਕੀ ਹੁੰਦੀ ਉਹਦਾ ਕੀ ਕਾਰਨ ਹੈਗੇ? ਇਹ ਦੇਖੋ ਜਿਹੜਾ ਜਿਹੜੀ ਆਸਾਮ ਦੇ ਵਿੱਚ ਦੀ ਗੱਲ ਹੈਗੀ ਆ ਹਾਂਜੀ ਇਹ ਥੋੜ੍ਹਾ ਜਿਹਾ ਬਾਕੀਆਂ ਨੂੰ ਮਤਲਬ ਇੱਕ ਤਾਂ ਕਾਰਨ ਹੈਗੇ ਆ ਜਿਹਦੇ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਹੈਗੀ ਆ ਜਿਹੜੀ ਰੈਸਟਲੈਸਨੈਸ ਹੈਗੀ ਆ, ਅਫਰਾ ਤਫਰੀ ਹੈਗੀ ਆ, ਜਾਂ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੋਏ ਆ ਸਾਰੇ ਹਿੰਦੁਸਤਾਨ ਚ। ਹਾਂਜੀ। ਤੇ ਆਸਾਮ ਦੇ ਵਿੱਚ ਉਹ ਵੀ ਸ਼ੰਕੇ ਹੈਗੇ ਆ, ਲੇਕਿਨ ਉਹਨਾਂ ਸ਼ੰਕਿਆਂ ਤੋਂ ਇਲਾਵਾ ਉਹਨਾਂ ਤੋਂ ਉੱਪਰ ਉੱਥੇ ਦੇ ਲੋਕਾਂ ਲਈ ਕੁਛ ਹੋਰ ਵੀ ਸ਼ੰਕੇ ਹੈਗੇ, ਉਹਨਾਂ ਦੇ ਹੋਰ ਮਸਲੇ ਹੈਗੇ ਆ। ਤੇ ਇਸ ਕਰਕੇ ਪਹਿਲਾਂ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਬਾਅਦ ਚ ਆਪਾਂ ਆਸਾਮ ਤੇ ਆਵਾਂਗੇ। ਜੀ ਜੀ ਜੀ। ਹਿੰਦੁਸਤਾਨ ਦੇ ਵਿੱਚ ਇਹ ਹੈਗਾ ਕਿ ਇਹਦੇ ਨਾਲ ਕੀ ਹੋਇਆ ਕਿ ਜਿਸਲੇ ਜਿਹੜਾ ਸਾਡਾ ਕੌਂਸਟੀਟਿਊਸ਼ਨ ਆ ਇਹ ਬਰਾਬਰੀ ਦੀ ਗੱਲ ਕਰਦਾ ਹੈ। ਹਾਂਜੀ ਹਾਂਜੀ। ਜਿਹੜੇ ਸਾਡੇ ਕੌਂਸਟੀਟਿਊਸ਼ਨ ਦੀ ਪ੍ਰਸਤਾਵਨਾ ਹੈ ਨਾ ਸ਼ੁਰੂ ਦੇ ਵਿੱਚ ਹੀ, ਜਿਹਨੂੰ ਐਮਬਲਮ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਹੀ ਲਿਖਿਆ ਕਿ ਵੀ ਇੱਥੇ ਹਰੇਕ ਵਿਅਕਤੀ ਨੂੰ ਹਾਂਜੀ ਬਰਾਬਰੀ ਦਾ ਇਕੁਐਲਿਟੀ ਆਫ ਸਟੇਟਸ ਐਂਡ ਓਪਰਚੁਨਿਟੀ, ਹਾਂਜੀ ਕਿ ਹਰੇਕ ਵਿਅਕਤੀ ਨੂੰ ਆਪਣੇ ਸਟੇਟਸ ਦਾ ਆਪਣੀ ਪਦਵੀ ਦਾ ਪ੍ਰਾਪਤ ਕਰਨ ਲਈ ਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਜਿਹੜੇ ਮੌਕੇ ਪ੍ਰਾਪਤ ਕਰਨ ਲਈ ਬਰਾਬਰ ਦੇ ਅਧਿਕਾਰ ਹੈਗੇ। ਕਿਸੇ ਦਾ ਕਿਸੇ ਨਾਲ ਵੀ ਕਿਸੇ ਤਰੀਕੇ ਨਾਲ ਕੋਈ ਇਹਦਾ ਉਲਟਾ ਮਤਲਬ ਕੀ ਆ ਕਿ ਕਿਸੇ ਨਾਲ ਕਿਸੇ ਵਿਅਕਤੀ ਨਾਲ ਕੋਈ ਕਿਸੇ ਪ੍ਰਕਾਰ ਦਾ ਜੇ ਉਹਦੇ ਸਟੇਟਸ ਦੀ ਗੱਲ ਆ ਸਮਾਜ ਵਿੱਚ ਜਾਂ ਸਰਕਾਰ ਵਿੱਚ ਸਟੇਟਸ ਦੀ ਗੱਲ ਆ ਜਾਂ ਉਹਦੀ ਉਹਨੂੰ ਅੱਗੇ ਜ਼ਿੰਦਗੀ ਵਿੱਚ ਵਧਣ ਲਈ ਆਪਣੀ ਜ਼ਿੰਦਗੀ ਜੀਣ ਲਈ ਆਪਣੇ ਤਰੀਕੇ ਨਾਲ ਜੀਣ ਲਈ ਜਿਹੜੀ ਅਪਰਚੁਨਿਟੀ ਦੀ ਗੱਲ ਆ ਇਹਦੇ ਆਧਾਰ ਤੇ ਸਾਰਿਆਂ ਨੂੰ ਬਰਾਬਰ ਦੇ ਤੌਰ ਤੇ ਰੱਖਿਆ ਜਾਊਗਾ, ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਊਗਾ। ਹਾਂਜੀ ਹਾਂਜੀ। ਇਹਨੂੰ ਹੋਰ ਜਿਹੜਾ ਹੈਗਾ ਸਪਸ਼ਟ ਕਰਕੇ ਔਰ ਨਿਰਧਾਰਿਤ ਸ਼ਬਦਾਂ ਵਿੱਚ ਕਹਿਣ ਲਈ ਆਰਟੀਕਲ 14 ਜਿਹੜਾ ਹੈਗਾ ਉਹ ਜਿੱਥੋਂ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਆ ਉਹ ਸ਼ੁਰੂ ਹੁੰਦੇ ਆ, ਇਹ ਆਰਟੀਕਲ 14 ਜਿਹੜਾ ਪਹਿਲਾ ਫੰਡਾਮੈਂਟਲ ਰਾਈਟ ਆ। ਅੱਛਾ ਜੀ। ਇਹ ਜਿਹੜਾ ਫੰਡਾਮੈਂਟਲ ਰਾਈਟ ਆ ਇਹ ਗੱਲ ਕਹਿੰਦਾ ਹੈ ਕਿ ਵੀ ਇਹਨੂੰ ਕਹਿੰਦੇ ਬਰਾਬਰੀ ਦਾ ਅਧਿਕਾਰ। ਹਾਂਜੀ ਹਾਂਜੀ। ਬਰਾਬਰੀ ਦੇ ਅਧਿਕਾਰ ਦਾ ਮਤਲਬ ਕੀ ਆ ਕਿ ਸਾਰੇ ਵਿਅਕਤੀਆਂ ਨੂੰ, ਮੈਂ ਇੱਕ ਗੱਲ ਥੋੜ੍ਹੀ ਹੋਰ ਸਪਸ਼ਟ ਕਰ ਦਿਆਂ ਕਿ ਜਿੰਨੇ ਵੀ ਫੰਡਾਮੈਂਟਲ ਰਾਈਟਸ ਹੈਗੇ ਆ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸ਼ਹਿਰੀਆਂ ਲਈ ਨਹੀਂ ਗੇ। ਹਾਂਜੀ। ਉਹ ਸਾਰੇ ਦੇ ਸਾਰੇ ਸਾਰੇ ਵਿਅਕਤੀਆਂ ਲਈ ਨਹੀਂ ਗੇ। ਹਾਂਜੀ। ਸਾਰੇ ਦੇ ਸਾਰੇ ਸ਼ਹਿਰੀਆਂ ਲਈ ਤਾਂ ਹੈਗੇ ਆ, ਲੇਕਿਨ ਸਾਰੇ ਦੇ ਸਾਰੇ ਸਾਰੇ ਵਿਅਕਤੀਆਂ ਲਈ ਨਹੀਂ ਗੇ। ਅੱਛਾ। ਕੁਛ ਇੱਦਾਂ ਦੇ ਹੈਗੇ ਆ ਜਿਹੜੇ ਸਿਰਫ ਹਿੰਦੁਸਤਾਨ ਦੇ ਸ਼ਹਿਰੀਆਂ ਲਈ ਆ। ਅੱਛਾ ਜੀ, ਠੀਕ ਹੈ ਜੀ। ਕੁਛ ਇੱਦਾਂ ਦੇ ਫੰਡਾਮੈਂਟਲ ਰਾਈਟਸ ਹੈਗੇ ਆ ਚਾਹੇ ਉਹ ਸਾਰਿਆਂ ਲਈ ਆ, ਸ਼ਹਿਰੀਆਂ ਲਈ ਵੀ ਆ, ਜਿਹੜੇ ਹਿੰਦੁਸਤਾਨ ਦੇ ਸ਼ਹਿਰੀ ਨਹੀਂ ਗੇ ਉਹਨਾਂ ਲਈ। ਇਹ ਜਿਹੜਾ ਆਰਟੀਕਲ 14 ਆ ਇਹਦੇ ਜਿਹੜਾ ਅਧਿਕਾਰ ਹੈਗਾ ਇਹਦੇ ਵਿੱਚ ਜਿਹੜਾ ਅਧਿਕਾਰ ਦਿੱਤਾ ਗਿਆ ਉਹ ਸਿਰਫ ਇੱਥੋਂ ਦੇ ਸ਼ਹਿਰੀਆਂ ਨੂੰ ਨਹੀਂ ਦਿੱਤਾ ਗਿਆ, ਸਿਟੀਜ਼ਨ ਨੂੰ ਨਹੀਂ ਦਿੱਤਾ ਗਿਆ, ਉਹ ਸਗੋਂ ਹਰੇਕ ਵਿਅਕਤੀ ਨੂੰ ਜਿਹੜਾ ਹਿੰਦੁਸਤਾਨ ਵਿੱਚ ਰਹਿੰਦਾ ਆ ਉਹਨੂੰ ਅਧਿਕਾਰ ਆ। ਬਿਲਕੁਲ। ਉਹ ਅਧਿਕਾਰ ਕਾਹਦਾ ਆ ਕਿ ਕਾਨੂੰਨ ਜਿਹੜਾ ਆ ਉਹ ਹਰੇਕ ਵਿਅਕਤੀ ਨੂੰ ਕਾਨੂੰਨ ਦੀ ਨਿਗਾਹ ਵਿੱਚ
ਹਰੇਕ ਵਿਅਕਤੀ ਬਰਾਬਰ ਹੋਊਗਾ ਔਰ ਕਾਨੂੰਨ ਜਿਹੜਾ ਹਰੇਕ ਵਿਅਕਤੀ ਨੂੰ ਬਰਾਬਰ ਦੀ ਸੁਰੱਖਿਆ ਦਊਗਾ। ਠੀਕ ਹੈ ਨਾ, ਇਹ ਦੋਵੇਂ ਹੀ ਪ੍ਰਾਵਧਾਨ ਜਿਹੜੇ ਆ ਆਪੋ ਵਿੱਚ ਜੁੜਦੇ ਮਿਲਦੇ ਆ, ਵੱਖ ਵੱਖ ਸ਼ਬਦਾਂ ਚ ਕਹੇ ਗਏ ਆ। ਮੈਂ ਫਿਰ ਰਿਪੀਟ ਕਰਦੇ ਹਾਂ ਕਿ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈਗਾ ਇਹਦੀ ਨਿਗਾਹ ਦੇ ਵਿੱਚ ਸਾਰੇ ਵਿਅਕਤੀ, ਚਾਹੇ ਉਹ ਸਿਟੀਜ਼ਨ ਆ ਚਾਹੇ ਕੋਈ ਦੂਸਰੇ ਵਾਸੀ ਆ, ਉਹ ਬਰਾਬਰ ਹੋਣਗੇ ਔਰ ਸਾਰੇ ਵਿਅਕਤੀ ਚਾਹੇ ਉਹ ਸਿਟੀਜ਼ਨ ਆ ਚਾਹੇ ਦੂਸਰੇ ਆ, ਉਹਨਾਂ ਨੂੰ ਸਾਰਿਆਂ ਨੂੰ ਕਾਨੂੰਨ ਜਿਹੜਾ ਹਿੰਦੁਸਤਾਨ ਦਾ ਉਹ ਬਰਾਬਰ ਦੀ ਸੁਰੱਖਿਆ ਦਊਗਾ। ਬਿਲਕੁਲ ਠੀਕ ਹੈ, ਠੀਕ ਹੈ। ਇਹ ਇਹ ਸਾਡਾ ਔਰ ਇਹਨੂੰ ਜਿਹੜਾ ਮਤਲਬ ਸਾਡੇ ਜਿਹੜਾ ਕੌਨਸਟੀਟਿਊਸ਼ਨ ਆ ਉਹਦਾ ਜਿਹੜਾ ਬੇਸਿਕ ਜਿਹੜਾ ਮੁੱਢਲਾ ਢਾਂਚਾ ਆ ਉਹਦਾ ਹਿੱਸਾ ਕਿਹਾ ਗਿਆ, ਜਿਹਨੂੰ ਕਹਿ ਦਿੰਦੇ ਨਹੀਂ ਜਿਹਨੂੰ ਆਪਾਂ ਜਿਹੜਾ ਸਟਰਕਚਰ ਕਹਿੰਦੇ, ਜਿਹੜਾ ਜਿਹੜਾ ਹਿੰਦੁਸਤਾਨ ਦੇ ਕੌਨਸਟੀਟਿਊਸ਼ਨ ਦਾ ਜਿਹੜਾ ਢਾਂਚਾ ਆ ਜਿਹੜਾ ਸਟਰਕਚਰ ਆ ਉਹਦਾ ਇਹ ਮੁੱਢਲਾ ਜਿਹੜਾ ਸਟਰਕਚਰ ਆ ਉਹਦਾ ਹਿੱਸਾ ਆ, ਜਿਹਨੂੰ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਕੌਨਸਟੀਟਿਊਸ਼ਨ ਤਾਂ ਅਮੈਂਡਮੈਂਟ ਕਰ ਸਕਦੇ ਆ ਪਰ ਜਿਹੜਾ ਇੱਥੇ ਦਾ ਕੌਨਸਟੀਟਿਊਸ਼ਨ ਦਾ ਜਿਹੜਾ ਮੁੱਢਲਾ ਢਾਂਚਾ ਆ ਉਹਦੇ ਵਿੱਚ ਅਮੈਂਡਮੈਂਟ ਨਹੀਂ ਕਰ ਸਕਦੇ ਤੇ ਇਹ ਜਿਹੜਾ ਬਰਾਬਰੀ ਦਾ ਅਧਿਕਾਰ ਆ ਇਹ ਮੁੱਢਲੇ ਢਾਂਚੇ ਦਾ ਹਿੱਸਾ ਆ। ਇਹਦਾ ਕਹਿਣ ਦਾ ਮਤਲਬ ਕੀ ਆ ਕਿ ਤੁਸੀਂ ਇਹ ਜਿਹੜਾ ਇਹ ਜਿਹੜਾ ਇਹ ਬਰਾਬਰੀ ਦਾ ਅਧਿਕਾਰ ਹੈਗਾ ਇਹ ਅਮੈਂਡਮੈਂਟ ਕਰਕੇ ਵੀ ਤੁਸੀਂ ਖੋ ਨਹੀਂ ਸਕਦੇ। ਸਮਝ ਗਿਆ, ਸਮਝੇ।